हुकूमत कर रहा से एक मुसलमान मंत्री मोहम्मद आजम खान मोहम्मद आजम खान को बिलासपुर गुरुद्वारे सारी पंचायत पिछे खड़े रहे उन्हें क्या यार तुम तो एक एक आदमी इतने सच्चे सुच्चे मुझे लगते हो और तुम तो सारा समाज उनके साथ खड़े हो तो वो दोषी हो ही नहीं सकते जा उनसे कहो सेवा करें ਅਗਰ ਕੋਈ ਪੁਲਿਸ ਗੁਰਦੁਆਰੇ ਕੀ ਤਰਫ ਆ ਜਾਏ ਤਾਂ ਮੈਂ ਜ਼ਿੰਮੇਦਾਰ ਹਾਂ ਤੇ ਉਹ ਆਜਮ ਖਾਨ ਨੇ ਉਹ ਸਾਜਮ ਖਾਨ ਨੇ ਐਨੀ ਗੱਲ ਕਹੀ ਮੈਂ ਉਹਦਾ ਗਵਾਹਾਂ ਤੇ ਅੱਜ ਤੱਕ ਉਸ ਕੇਸ ਚ ਪੁਲਿਸ ਨਹੀਂ ਗੁਰੂਕਾਰ ਆਈ ਔਰ ਅੱਜ ਸਾਡਾ ਸਿੱਖ ਜਿਹੜਾ ਸਿੱਖ ਹਕੂਮਤ ਦਾ ਮੈਨਾ ਰੱਖਦਾ ਭਾਵੇਂ ਮੇਰੀ ਬੁਰੀਆਈ ਹੋਵੇ ਉਹਨੇ ਪੱਕੇ ਸਿਰ ਫਸਾਇਆ ਸਿਰਫ ਸਾਡੀਆਂ ਵੋਟਾਂ ਲੈਣ ਲਈ ਅੱਜ ਉਹ ਚਾਹੇ ਯੋਗੀ ਦੇ ਨਾਲ ਕੋਡੇ ਨਾਲ ਕੋਡਾ ਮੋਡੇ ਨਾਲ ਮੋਡਾ ਟਾ ਕੇ ਬੈਂਦਾ ਹੈ ਅੱਜ ਉਹ ਚਾਹੇ ਵੀਰ ਜੀ ਲਈ ਕਦੀ ਪੁਲਿਸ ਗੁਰੂ ਘਰ ਨਹੀਂ ਵੜ ਸਕਦੀ ਕੋਈ ਬਗਾਨਾ ਨਹੀਂ ਸਾਡਾ ਆਪਣਾ ਗੁਰੂ ਘਰ ਚ ਵੜ ਰਿਹਾ ਸਾਨੂੰ ਉਹਦੀ ਵੀ ਨਖੇਦਾ ਕਰਨੀ ਚਾਹੀਦੀ ਏ ਉਹਦੇ ਘਰ ਚ ਜਾ ਕੇ ਬਹਿਣਾ ਚਾਹੀਦਾ ਕਿ ਤੂੰ ਸਾਡਾ ਆਕੂ ਹੈ ਤੂੰ ਚੱਲ ਦੱਸ ਕਿਵੇਂ ਵੀਰ ਜੀ ਨੂੰ ਕੋਈ ਫੜ ਲਿਆ